ਵਾਹਿਗੁਰੂ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਸਦਕਾ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਗੁਰੂ ਕਾਸ਼ੀ ਤਲਵੰਡੀ ਸਾਬੋ ਦੇ ਸੁਭਾਗ ਦਰਸ਼ਨ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਆਪ ਸਾਰਿਆਂ ਨੂੰ ਪਤਾ ਹੀ ਹੈ ਕਿ ਪਿਛਲੇ ਤਕਰੀਬਨ 28 ਸਾਲਾਂ ਤੋਂ ਦੇਸ਼ ਵਿਦੇਸ਼ ਦੇ ਅੰਦਰ ਜੋ ਧਰਮ ਪ੍ਰਚਾਰ ਪ੍ਰਸਾਰ ਦੀਆਂ ਸਰਗਰਮੀਆਂ, ਪੰਥਕ ਸੰਘਰਸ਼ਾਂ ਦੇ ਵਿੱਚ ਸੇਵਾਵਾਂ ਸਤਿਗੁਰੂ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਕਰਦੇ ਆ ਰਹੇ ਹਾਂ। ਪਿਛਲੇ ਸਮੇਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਵੀ ਬਤੌਰ ਮੈਂਬਰ, ਐਗਜ਼ੈਕਟਿਵ ਮੈਂਬਰ ਔਰ ਫਿਰ ਮੁੱਖ ਸੇਵਾਦਾਰ ਦੇ ਤੌਰ 'ਤੇ ਸੇਵਾ ਨਿਭਾਈ। ਹੁਣ ਵੀ ਜਦੋਂ ਸੁਪਰੀਮ ਕੋਰਟ ਦੇ ਵੱਲੋਂ ਕਾਨੂੰਨੀ ਮਾਨਤਾ ਦਿੱਤੀ ਗਈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਤੇ ਦੁਬਾਰਾ ਨਵੇਂ ਸਿਰੇ ਤੋਂ ਹਰਿਆਣਾ ਕਮੇਟੀ ਨੋਮੀਨੇਟ ਹੋਈ, ਉਹਦੇ ਵਿੱਚ ਵੀ ਬਤੌਰ ਮੈਂਬਰ ਸੇਵਾ ਨਿਭਾਉਂਦੇ ਆ ਰਹੇ ਸੀ, ਤਾਂ ਪਿਛਲੀ 28 ਮਾਰਚ ਨੂੰ 2024 ਦੇ ਵਿੱਚ ਜੋ ਜਰਨਲ ਹਾਊਸ ਹੋਇਆ ਗੁਰਦੁਆਰਾ ਸਾਹਿਬ ਪਾਤਸ਼ਾਹ ਛੇਵੀਂ ਕੁਰੂਕਸ਼ੇਤਰ ਵਿਖੇ, ਤਾਂ ਉੱਥੇ ਸਮੁੱਚੇ ਜਰਨਲ ਹਾਊਸ ਦੇ ਵੱਲੋਂ ਜੋ ਮਤੇ ਪਾਸ ਕੀਤੇ ਗਏ, ਬਜਟ ਪਾਸ ਕੀਤਾ ਗਿਆ ਔਰ ਨਾਲ ਹੀ ਜਿੱਥੇ ਹੋਰ ਸੇਵਾਵਾਂ ਜਿਹੜੀਆਂ ਸੀ ਐਗਜ਼ੈਕਟਿਵ ਦੇ ਵਿੱਚ ਲਗਾਈਆਂ ਗਈਆਂ ਸਤਿਕਾਰਯੋਗ ਮੈਂਬਰ ਸਾਹਿਬਾਨਾਂ ਦੀਆਂ, ਉੱਥੇ ਦਾਸ ਨੂੰ ਜੋ ਧਰਮ ਪ੍ਰਚਾਰ ਪ੍ਰਸਾਰ ਦੀ ਸੇਵਾ ਜਿਹੜੀ ਆ ਉਹ ਬਖਸ਼ਿਸ਼ ਕੀਤੀ ਆ ਸਮੁੱਚੇ ਜਰਨਲ ਹਾਊਸ ਦੇ ਵੱਲੋਂ। ਤੋ ਅੱਜ ਗੁਰੂ ਦਾ ਸ਼ੁਕਰਾਨਾ ਕਰਨ ਵਾਸਤੇ ਜੋ ਹਰਿਆਣਾ ਦੇ ਅੰਦਰ ਧਰਮ ਪ੍ਰਚਾਰ ਚੇਅਰਮੈਨ ਦੀ ਸੇਵਾ ਜਿਹੜੀ ਆ ਉਹ ਮੈਂਬਰ ਸਾਹਿਬਾਨਾਂ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਖਸ਼ਿਸ਼ ਕੀਤੀ, ਤਾਂ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸਤਿਗੁਰ ਦਾ ਸ਼ੁਕਰਾਨਾ ਕਰਨ ਵਾਸਤੇ ਆਏ ਹਾਂ। ਅਤੇ ਕੱਲ੍ਹ ਨੂੰ 4 ਅਪ੍ਰੈਲ ਨੂੰ ਸਮੁੱਚੀ ਐਗਜੈਕਟਿਵ ਅਤੇ ਮੈਂਬਰ ਸਾਹਿਬਾਨ ਅਤੇ ਸੰਗਤਾਂ ਗੁਰੂ ਦਾ ਸ਼ੁਕਰਾਨਾ ਕਰਨ ਲਈ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜਾ ਰਹੇ ਹਾਂ, ਜਿੱਥੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਦਿਦਾਰੇ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਦਰਸ਼ਨ ਦਿਦਾਰੇ ਕੀਤੇ ਜਾਣਗੇ। ਉੱਥੋਂ ਗੁਰੂ ਦਾ ਆਸ਼ੀਰਵਾਦ ਲੈ ਕੇ ਫਿਰ 5 ਅਪ੍ਰੈਲ ਨੂੰ ਸਾਡੀ ਐਗਜੈਕਟਿਵ ਮੀਟਿੰਗ ਆ, ਤਾਂ ਫਿਰ ਆਪੋ ਆਪਣੀਆਂ ਜ਼ਿੰਮੇਵਾਰੀਆਂ ਜਿਹੜੀਆਂ ਨੇ ਪੂਰਾ ਹਰਿਆਣਾ ਵਿੱਚ ਵੀ ਪੰਜਾਬ 'ਚ ਦੇਸ਼ ਵਿਦੇਸ਼ ਦੇ ਅੰਦਰ ਜੋ ਧਰਮ ਪ੍ਰਚਾਰ ਪ੍ਰਸਾਰ ਦੀਆਂ ਸੇਵਾਵਾਂ ਨੇ ਉਹ ਨਿਭਾਈਆਂ ਜਾਣਗੀਆਂ। ਗੁਰੂ ਸਾਹਿਬ ਦੀ ਕਿਰਪਾ ਦੇ ਸਦਕਾ ਜਿਹੜੀਆਂ ਸੇਵਾਵਾਂ ਨੇ, ਸੇਵਾਵਾਂ ਜਦੋਂ 28 ਮਾਰਚ ਨੂੰ ਜਰਨਲ ਹਾਊਸ ਵੱਲੋਂ ਸੌਂਪੀਆਂ ਗਈਆਂ, ਤਾਂ ਉਸ ਵੇਲੇ ਹੀ 71 ਨੂੰ ਬਕਾਇਦਾ ਜਿਹੜੇ ਸੀ ਆਦੇਸ਼ ਜਾਰੀ ਕੀਤੇ ਗਏ ਕਿ ਪੂਰੇ ਹਰਿਆਣਾ ਦੇ ਅੰਦਰ ਜਿਹੜੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਗੁਰਦੁਆਰਾ ਸਾਹਿਬ ਨੇ, ਉਹਨਾਂ 'ਚ ਗੁਰੂ ਸਾਹਿਬ ਦੇ ਸਰੂਪ ਕਿੰਨੇ ਸਰੂਪ, ਸਫਰੀ ਸਰੂਪ ਆ, ਕਿੰਨੇ ਵੱਡੇ ਸਰੂਪ ਆ, ਕਿੰਨੇ ਬਿਰਧ ਸਰੂਪ ਆ, ਔਰ ਇਸ ਦੇ ਨਾਲ ਹੀ ਧਰਮ ਪ੍ਰਚਾਰ ਦਾ ਜਿਹੜਾ ਅਮਲਾ ਫੈਲਾ ਉਹ ਕਿੰਨੇ ਸਾਡੇ ਕੋਲ ਰਾਗੀ ਨੇ, ਢਾਡੀ ਨੇ, ਪ੍ਰਚਾਰਕ ਸਿੰਘ ਨੇ ਔਰ 5 ਪਿਆਰਿਆਂ ਦੀ ਸੇਵਾ ਨਿਭਾਉਣ ਵਾਲੇ, ਔਰ ਇਸ ਦੇ ਨਾਲ ਹੀ ਧਰਮ ਪ੍ਰਚਾਰ ਦੇ ਕਿੰਨੇ ਸਾਧਨ ਹੈ ਉਹ ਸਾਰਿਆ ਜਿਹੜਾ ਵੇਰਵਾ ਉਹ 71 ਦੇ ਕੋਲੋਂ ਮੰਗਿਆ ਗਿਆ, ਜੋ 5 ਤਰੀਕ ਨੂੰ ਫਿਰ ਅਗਲੀਆਂ ਜ਼ਿੰਮੇਵਾਰੀਆਂ ਜਿਹੜੀਆਂ ਉਹ ਲਗਾਈਆਂ ਜਾਣਗੀਆਂ ਗੁਰੂ ਸਾਹਿਬ ਦੀ ਕਿਰਪਾ ਸਦਕਾ। ਸੋ ਅੱਜ ਤੱਕ ਸ੍ਰੀ ਦਮਦਮਾ ਸਾਹਿਬ ਗੁਰੂ ਕਾਸ਼ੀ ਤਲਵੰਡੀ ਸਾਬੋ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੰਠੋਂ ਉਚਾਰਨ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਲਿਖਵਾਏ ਸੀ, ਅਮਰ ਸ਼ਹੀਦ ਬਾਬਾ ਭਾਈ ਮਨੀ ਸਿੰਘ ਜੀ ਔਰ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਜਿਹੜੇ ਸਹਾਇਕ ਲਿਖਾਰੀ ਸਨ, ਮੁੱਖ ਲਿਖਾਰੀ ਭਾਈ ਮਨੀ ਸਿੰਘ ਜੀ ਔਰ ਸਹਾਇਕ ਲਿਖਾਰੀ ਬਾਬਾ ਦੀਪ ਸਿੰਘ ਜੀ, ਇੱਥੇ ਗੁਰੂ ਸਾਹਿਬ ਦੇ ਸਰੂਪ ਜਿਹੜੇ ਸੀ ਸੰਪੂਰਨ ਕੀਤੇ ਔਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਰਹਿਮਤ ਅਤੇ ਬਖਸ਼ਿਸ਼ ਜਿਹੜੀ ਆ ਉਹ ਇੱਥੇ ਹੋਈ ਆ, ਸਤਿਗੁਰਾਂ ਨੇ ਰਹਿਮਤ ਕੀਤੀ। ਅੱਜ ਸੰਗਤਾਂ ਸਮੇਤ ਇੱਥੇ ਦਰਸ਼ਨ ਦਿਦਾਰੇ ਸਾਡੇ ਸਰਦਾਰ ਤਾਰਾ ਸਿੰਘ ਜੀ ਬ੍ਰੈਡਫੋਰਡ UK ਤੋਂ ਪਰਿਵਾਰ ਸਮੇਤ ਉਹ ਵੀ ਆਏ ਹੋਏ, ਸਲੋਹ ਤੋਂ ਸੰਗਤਾਂ ਆਈਆਂ ਨੇ ਔਰ ਮੇਰੇ ਨਾਲ ਦਾਦੂ ਸਾਹਿਬ ਤੋਂ ਸੰਗਤਾਂ ਔਰ ਜਥਾ ਜਿਹੜਾ ਸਾਰਾ ਪਰਿਵਾਰ ਇੱਥੇ ਪਹੁੰਚਿਆ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਗੁਰੂ ਦਾ ਸ਼ੁਕਰਾਨਾ ਕਰਨ ਵਾਸਤੇ। ਉੱਥੇ ਨਾਲ ਹੀ ਦਾਸ ਦੀ ਜਿਹੜੀ
ਆਨੰਦ ਕਾਰਜ ਦੀ ਸਾਲਗਿਰਾ ਅੱਜ 3 ਅਪ੍ਰੈਲ ਆ ਤੇ ਗੁਰੂ ਸਾਹਿਬ ਦੇ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਸਤਿਗੁਰਾਂ ਤੋਂ ਗ੍ਰਹਿਸਥ ਜੀਵਨ ਦੀਆਂ ਖੁਸ਼ੀਆਂ ਦੇ ਵੀ ਆਸ਼ੀਰਵਾਦ ਜਿਹੜੇ ਆ ਉਹ ਪ੍ਰਾਪਤ ਕੀਤੇ ਆ।